ਮਾਨਵ ਸੰਸਾਧਨ ਵਿਕਾਸ ਮਹਿਕਮੇ ਵੱਲੋਂ ਮਿਡ ਡੇ ਮੀਲ ਯੋਜਨਾ ਲਈ ਨਵੇਂ ਨਿਯਮਾਂ ਨੂੰ ਐਲਾਨਿਆ ਗਿਆ ਹੈ। ਮਿਡ ਡੇ ਮੀਲ ਯੋਜਨਾ ਦੇ ਤਹਿਤ ਕੰਮ ਕਰਨ ਵਾਲੇ ਕੁੱਕ ਅਤੇ ਵਿਦਿਆਰਥੀਆਂ ਲਈ ਸੁਵਿਧਾ ਨੂੰ ਜਾਰੀ ਰੱਖਣ ਲਈ ਆਧਾਰ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਹੈ। ਮਹਿਕਮੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਇਹ ਕਦਮ ਯੋਜਨਾ 'ਚ ਪਾਰਦਰਸ਼ਤਾ ਤੇ ਸਮਰੱਥਾ ਵਧਾਉਣ ਦੇ ਮਕਸਦ ਦੇ ਨਾਲ ਲਿਆ ਗਿਆ ਹੈ। ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ ਨੇ ਲੋਕਾਂ ਨੂੰ 30 ਜੂਨ ਤੱਕ ਇਸ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ, ਜਿਸ ਕੋਲ ਹੁਣ ਵੀ ਆਧਾਰ ਕਾਰਡ ਨਹੀਂ ਹੈ। ਮਹਿਕਮੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸੰਬੰਧੀ ਸਕੂਲਾਂ 'ਚ ਨੋਟਿਸ ਭੇਜਿਆ ਜਾਵੇਗਾ, ਜਿਸ 'ਚ ਯੋਜਨਾ ਦਾ ਲਾਭ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਆਧਾਰ ਕਾਰਡ ਮੁਹੱਈਆ ਕਰਨ ਨੂੰ ਕਿਹਾ ਜਾਵੇਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।